ਪਾਸੇ ਜਿੱਥੇ ਵਿਰਾਸਤੀ ਇਮਾਰਤਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਉੱਥੇ ਕੁਝ ਵਿਅਕਤੀਆਂ ਦੇ ਵੱਲੋਂ ਇਹਨਾਂ ਇਮਾਰਤਾਂ ਨੂੰ ਸਾਂਭਿਆ ਜਾ ਰਿਹਾ ਹੈ। ਅਜਿਹਾ ਹੀ ਕੁਝ ਕਰ ਦਿਖਾਇਆ ਸੰਗਰੂਰ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਦੇ ਟਰੱਸਟੀ ਵੱਲੋਂ। ਆਪਣੇ ਕਾਲਜ ਦੀ ਕੰਧ ਉੱਤੇ ਮਿੰਨੀ ਕਲੋਕ ਟਾਵਰ ਬਣਵਾਇਆ ਗਿਆ, ਜਿਸ ਦੀ ਦਿੱਖ ਹੂਬ ਹੂ ਵੱਡੇ ਘੰਟਾ ਘਰ ਵਰਗੀ ਨਜ਼ਰ ਆਉਂਦੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਕਾਲ ਡਿਗਰੀ ਕਾਲਜ ਵੂਮੈਨ ਦੇ ਟਰੱਸਟੀ ਕਰਮਵੀਰ ਸਿਬੀਆਂ ਨੇ ਕਿਹਾ ਕਿ ਇਹ ਘੰਟਾ ਘਰ ਬਣਾਉਣ ਦੇ ਲਈ ਅਸੀਂ ਕੁਝ ਸਮਾਂ ਪਹਿਲਾਂ ਹੀ ਸੋਚਿਆ ਸੀ, ਜਿਸ ਤੋਂ ਬਾਅਦ ਅਸੀਂ ਇੱਕ ਟੀਮ ਨੇ ਇਕੱਠੇ ਹੋ ਕੇ ਇਸ ਨੂੰ ਬਣਾਉਣ ਦਾ ਕੰਮ ਪੂਰਾ ਕੀਤਾ। ਇਸ ਤਰ੍ਹਾਂ ਜੀ ਕਿ ਸੰਗਰੂਰ ਆਪਣੇ ਆਪ 'ਚ ਵਿਰਾਸਤੀ ਸ਼ਹਿਰ ਹੈ, ਸੋ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਆਪਣੇ ਕੈਂਪਸ 'ਤੇ ਅਸੀਂ ਇੱਕ ਵਿਰਾਸਤ ਦਾ ਜਿਹੜਾ ਇੱਕ ਐਂਬਲਮ ਹੈ, ਚਿੰਨ੍ਹ ਹੈ, ਉਹਨੂੰ ਅਸੀਂ ਕਿਸ ਤਰ੍ਹਾਂ ਆ ਕੇ ਰੈਪਲੀਕੇਟ ਕਰ ਸਕੇ ਹੈ। ਸੋ ਕੋਸ਼ਿਸ਼ ਇਹੀ ਰਹੀ ਹੈ ਕਿ ਅਸੀਂ ਆਪਣੇ ਵਾਲ 'ਤੇ ਇਸ ਕਿਸਮ ਦਾ ਪ੍ਰਪੋਰਸ਼ਨੇਟ ਜੋ ਤੁਸੀਂ ਦੇਖਦੇ ਹੋ ਅਸੀਂ ਚੀਜ਼ ਕ੍ਰੀਏਟ ਕੀਤੀ ਹੈ। ਔਰ ਬੜਾ ਇੰਟਰਸਟ ਹੈ ਸਾਰਿਆਂ 'ਚ, ਆਉਂਦੇ ਜਾਂਦੇ ਜੋ ਸਾਰੇ ਕ੍ਰੋਸ ਕਰਦੇ ਨੇ ਉਹ ਪਹਿਲਾਂ ਵੱਡੇ ਕਲੋਕ ਟਾਵਰ ਨੂੰ ਦੇਖਦੇ ਨੇ ਜਿਵੇਂ ਇੱਕ ਵੱਡੇ ਭਰਾ ਨੂੰ, ਫਿਰ ਉਹ ਇੱਕ ਛੋਟਾ ਭਰਾ ਜਿਹੜਾ ਹੈ ਮਿੰਨੀ ਵਰਜ਼ਨ ਜਿਹਨੂੰ ਅਸੀਂ ਕਹਿੰਦੇ, ਉਹ ਉਸ ਤੋਂ ਬਾਅਦ ਫਿਰ ਇਹ ਆ ਕੇ ਲੋਕ ਦੇਖਦੇ ਨੇ। ਅੱਛਾ ਲੱਗਦਾ, ਇੱਕ ਕੰਪੈਰੀਜ਼ਨ ਹੈਗੀ ਹੈ। ਔਰ ਮੈਨੂੰ ਇਹ ਵੀ ਲੱਗਦਾ ਕਿ ਜਿੱਥੇ ਸਾਡਾ ਇਤਿਹਾਸ ਖਤਮ ਹੁੰਦਾ ਜਾ ਰਿਹਾ, ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਜਿਹੜੀ ਹਾਥੀ ਪਾਲਕੀ ਹੈ ਜਾਂ ਜਿਹੜੇ ਸਾਡੇ ਸਾਹਮਣੇ ਜਿਹੜੀ ਇਹ ਪੁਰਾਣਾ ਹਾਈ ਕੋਰਟ ਦੀ ਇੱਕ ਬਿਲਡਿੰਗ ਹੈ, ਇਹ ਸਾਰੀਆਂ ਰੂਇਨਸ 'ਚ ਪਈਆਂ ਨੇ। ਸੋ ਮੈਨੂੰ ਲੱਗਦਾ ਇੱਕ ਨਵੀਂ ਇੱਕ ਉਮੀਦ ਹੈ, ਲੋਕਾਂ ਨੂੰ ਅੰਦਾਜ਼ਾ ਹੋਏਗਾ ਕਿ ਅਸੀਂ ਨਵਾਂ ਕੁਝ ਕਰ ਸਕਦੇ ਹੈਗੇ ਹਾਂ। ਔਰ ਜੇ ਸਾਨੂੰ ਕਿਤੇ ਇਜਾਜ਼ਤ ਮਿਲੇ, ਜਿਹੜੀ ਆ ਨਾਲ ਹੀ ਹਾਥੀ ਪਾਲਕੀ ਹੈ, ਜੇ ਕਿਤੇ ਸਰਕਾਰ ਸਾਨੂੰ ਪਰਮਿਸ਼ਨ ਦੇਵੇ ਅਸੀਂ ਆਪਣੇ ਕੋਸਟ 'ਤੇ ਉਹਨੂੰ ਵੀ ਬਣਾ ਕੇ ਦੇਵਾਂਗੇ। ਕਿਸ ਤਰ੍ਹਾਂ ਦੇਖਦੇ ਕਿ ਇੱਕ ਪਾਸੇ ਵਿਰਾਸਤੀ ਚੀਜ਼ਾਂ ਜਿਹੜੇ ਖਤਮ ਹੋ ਰਹੀਆਂ ਨੇ, ਅਤੇ ਤੁਸੀਂ ਸਪੈਸ਼ਲੀ ਜਿਹੜਾ ਇਹਨੂੰ ਇੱਕ ਤਿਆਰ ਕਰਵਾਇਆ, ਤਿਆਰ ਕਰਵਾਉਣ ਦੇ ਕਿੰਨਾ ਕੁ ਸਮਾਂ ਲੱਗਿਆ ਅਤੇ ਕਿੰਨਾ ਕਿਤੇ ਜੇ ਖਰਚੇ ਦੀ ਗੱਲ ਕੀਤੀ ਹੋਵੇ ਤਾਂ ਕਿੰਨਾ ਖਰਚਾ? ਇਸ 'ਤੇ ਕੋਈ ਬਹੁਤ ਜ਼ਿਆਦਾ ਨਹੀਂ ਆਇਆ, ਇੱਥੇ ਸੋਚ ਦੀ ਲੋੜ ਹੈ। ਤੁਸੀਂ ਆਪ ਦੇਖ ਰਹੇ ਹੋ ਵੀ ਇਹਦਾ ਕਿੰਨਾ ਕੁ ਡਾਇਮੈਂਸ਼ਨ ਹੈ, ਕਿੰਨੀ ਕੁ ਅਸੀਂ ਔਰ ਬਹੁਤ ਅਸੀਂ ਐਸਥੈਟਿਕਸ ਯੂਜ਼ ਕੀਤੇ ਨੇ, ਲੋ ਕੋਸਟ ਬਣਾਇਆ ਹੈਗਾ ਹੈ, ਔਰ ਸਾਡੀ ਇਨਹਾਊਸ ਸਾਡੀ ਟੀਮ ਨੇ ਬਣਾਇਆ ਹੈਗਾ। ਸੋ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਇਨਵੋਲਵ ਨਹੀਂ ਹੈ, ਸਿਰਫ ਸੋਚ ਦੀ ਲੋੜ ਸੀਗੀ। ਔਰ ਜਿੱਥੇ ਅਸੀਂ ਇਹਨੂੰ ਰਿਵਾਈਵ ਕਰ ਰਹੇ ਹਾਂ ਉੱਥੇ ਸਾਡੇ ਨਾਲ ਨਾਲ ਤੁਸੀਂ ਅਗਲਾ ਜਿਹੜਾ ਖਾਨਾ ਦੇਖੋਗੇ ਉਹ ਰਬਾਬ ਦਾ ਹੈ, ਸਾਡੇ ਤੋਂ ਸਾਡੀ ਰਬਾਬ ਵੀ ਵਿਸਰਦੀ ਜਾ ਰਹੀ ਹੈ। ਸੋ ਅਸੀਂ ਰਬਾਬ ਦਾ ਵੀ ਉਹ ਕਬੀਰ ਸਾਹਿਬ ਦੀ ਤੁੱਕ ਦੇ ਨਾਲ ਅਸੀਂ ਉਹ ਜੋੜਿਆ ਹੈ ਕਿ ਇਹ ਇਕੱਲਾ ਵਿਰਾਸਤ ਦੀ ਗੱਲ ਨਹੀਂ ਹੈ, ਸਾਡੇ ਜਿਹੜਾ ਮਿਊਜ਼ੀਕਲ ਜਿਹੜਾ ਸਾਨੂੰ ਨਾਨਕ ਸਾਹਿਬ ਦੀ ਸਾਨੂੰ ਜਿਹੜੀ ਦੇਣ ਹੈ ਰਬਾਬ ਦੀ ਉਹਦਾ ਵੀ ਇਹੀ ਹਾਲ ਹੈ। ਸੋ ਇਹ ਸਾਰੀਆਂ ਚੀਜ਼ਾਂ ਰਿਵਾਈਵ ਕਰਨ ਦੀ ਜ਼ਰੂਰਤ ਹੈਗੀ ਹੈ, ਸੋ ਇਸ 'ਤੇ ਕੰਮ ਚੱਲ ਰਿਹਾ ਜੀ। ਬਿਲਕੁਲ, ਮਿਹਨਤ ਤਾਂ ਹੈ ਜੀ, ਗਰਮੀ 'ਚ ਕੰਮ ਕਰਿਆ ਇਸ ਵਕਤ, ਅਸੀਂ ਪੂਰੀ ਗਰਮੀ 'ਚ ਬਹੁਤ ਮਿਹਨਤ ਤਾਂ ਚਲੋ ਕਰਨੀ ਪੈਣੀ ਸੀ ਜਦੋਂ ਕੰਮ ਕਰਿਆ ਆਪਾਂ, ਥੋੜ੍ਹਾ ਜਿਹਾ ਗਰਮੀ ਕਰਕੇ ਥੋੜ੍ਹਾ ਜਿਹਾ ਔਖੇ ਹੋਏ, ਉਹ ਤਾਂ ਕੋਈ ਗੱਲ ਨਹੀਂ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ? ਖੁਸ਼ੀ ਤਾਂ ਜੀ ਜਦੋਂ ਹਰ ਇੱਕ ਆ ਕੇ ਪੁੱਛਦਾ ਜੀ, ਖੁਸ਼ੀ ਹੁੰਦੀ ਸੀ, ਮਹਿਸੂਸ ਹੀ ਹੁੰਦੀ ਸੀ, ਹਰ ਇੱਕ ਕੋਈ ਰੰਗਦਾ ਸੀ ਰਾਹ ਜੋ ਵੀ ਸਾਰੇ ਪੁੱਛਦੇ ਸੀ। ਸਿਖਾਈ ਵੀ ਕੀਤੀ ਹੈ, ਬਣਾਇਆ ਤਾਂ ਤੁਸੀਂ ਬਹੁਤ ਖੁਸ਼ ਹੋ ਇਸ ਤੋਂ ਪਹਿਲਾਂ ਵੀ, ਹਾਂਜੀ, ਪਰ ਕਲੋਕ ਟਾਵਰ ਬਣਾਉਣ ਤੋਂ ਬਾਅਦ ਕਿੰਨਾ ਕੁ ਮਾਣ ਮਹਿਸੂਸ ਕਰ? ਬਹੁਤ ਜ਼ਿਆਦਾ, ਇਹ ਤਾਂ ਇਹਨਾਂ ਸਾਹਿਬ ਦੀ ਮਿਹਰਬਾਨੀ ਹੈ ਜੀ, ਸਿਵੇ ਸਾਹਿਬ ਦੀ, ਇਹਨਾਂ ਨੇ ਹਿੰਮਤ ਦਿੱਤੀ ਤਾਂ ਅਸੀਂ ਕਰਿਆ ਜੀ। ਕੀ ਕਹਿਣਾ ਜਦੋਂ ਬਣਾਉਣ ਲਈ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ, ਕਿ ਕਿਸ ਤਰ੍ਹਾਂ ਦਾ ਚੈਲੇਂਜ ਤੁਹਾਨੂੰ ਲੱਗਿਆ, ਕਿਉਂਕਿ ਇੱਕ ਵੱਡੀ ਚੀਜ਼ ਸੀ ਆਪਾਂ ਕਹਿ ਲਈਏ ਬਣਾਉਣਾ ਅਤੇ ਅਨੋਖੇ ਤਰੀਕੇ ਨਾਲ ਬਣਾਉਣਾ ਸੀ, ਕਿੰਨਾ ਕੁ ਵੱਡਾ ਜਦੋਂ ਆਪਣੇ ਆਪ ਦੇ ਇੱਕ ਚੈਲੇਂਜ? ਦੇਖਣ ਤੋਂ ਉਹ ਕਾਫੀ ਵੱਡਾ ਜੀ, ਉਹ ਤਾਂ ਫਿਰ ਉਹਨੀ ਚੀਜ਼ ਮੈਂ ਇਹਨੂੰ ਮੇਨਟੇਨ ਕਰਨਾ ਸੀਗਾ ਥੋੜ੍ਹੀ ਕਰਕੇ, ਉਸ ਕਰਕੇ ਸੋਚ ਕੇ ਚੱਲਦੇ ਰਹੇ ਹਰ ਇੱਕ ਪੁਆਇੰਟ 'ਤੇ। ਹੈਂਜੀ, ਕਿੰਨਾ ਕੁ ਸਮਾਂ ਲੱਗਿਆ? ਇਹਨੂੰ 2 ਮਹੀਨੇ ਲੱਗ ਗਏ ਜੀ।